ਅਸਲਾਮੁਆਲਿਕ ਸਜਣੋ ਤਬੀਲੀਓ ਕੀ ਹਾਲ ਹੈ ਠੀਕ ਹੋ ਸਤ ਸਬੀਤਾ ਠੀਕ ਹੈ ਅਸੀਂ ਅੱਲਾ ਦੇ ਫਜ਼ਲੁ ਕਰਮ ਨਾਲ ਬਿਲਕੁਲ ਠੀਕ ਆ ਤੋ ਉਮੀਦ ਕਰਦੇ ਆ ਤੁਸੀਂ ਵੀ ਠੀਕ ਹੋ ਸੋ ਤੇ ਗਰਮੀ ਬੜੀ ਅਸ਼ੱਦੀ ਤੇ ਮੌਸਮ ਵਾਲੇ ਦੱਸ ਰਹੇ ਹਨ ਸਹੀ ਕਿ 14 ਤਰੀਕ ਤੋਂ بارشਾਂ ਸ਼ੁਰੂ ਹੈ ਸਾਰੇ ਵੀਵਰ ਜਨਾਬ ਦੁਆ ਕਰੋ ਕਿ ਅੱਲਾ ਪਾਕ بارش ਦੇ ਦੇ ਨਹੀਂ ਤੋ ਹੁਣ ਜਿਹੜੀ ਗਰਮੀ ਹੈ ਨਾ ਗਰਮੀ ਨਾਲ ਬੰਦੇ ਜਨਾਬ ਮਰਦੇ ਪੈ ਅੱਲਾ ਪਾਕ ਹਰ ਨੂੰ ਇਮਾਨ ਵਿੱਚ ਰੱਖੇ ਤੇ ਗਰਮੀ ਗਰਮੀ ਤੋਂ ਬਚੋ ਆਪ ਵੀ ਬਚੋ ਆਪਣੇ ਛੋਟੇ ਛੋਟੇ ਬੱਚੇ ਨੰਨੇ ਮੁੰਨੇ ਬੱਚਿਆਂ ਨੂੰ ਬਚਾਓ ਕਿਉਂਕਿ ਛੁੱਟੀਆਂ ਹੋਈਆਂ ਹਨ ਬੱਚੇ ਜਿਹੜੇ ਨੇ ਉਹ ਗਰਮੀ ਦੇ ਵਿੱਚ ਨਾ ਘਰ ਨਹੀਂ ਬਾਂਦੇ ਤੇ ਉਹਨਾਂ ਨੂੰ ਵੀ ਬਚਾਓ ਤੇ ਆਪ ਵੀ ਬਚੋ ਤੇ ਲਿਹਾਜ਼ਾ ਹੁਣ ਅਸੀਂ ਆਪਣੀ ਵੀਡੀਓ ਵਾਲੀ ਤਰਫ ਆਵੀਏ ਤੇ ਅੱਜ ਤੁਹਾਨੂੰ ਅਸੀਂ ਵੀਡੀਓ ਵਿਖਾ ਰਹੇ ਹਾਂ ਇਨਸ਼ਾਅੱਲਾ ਤੁਹਾਨੂੰ ਵੀਡੀਓ ਵੇਖ ਕੇ ਮਜ਼ਾ ਆਸੀ ਵੀਡੀਓ ਬਹੁਤ ਚਸਕੀ ਵਾਲੀ ਨੇ ਜੇ ਵੀਡੀਓ ਸਕਿਪ ਨਹੀਂ ਕਰਨੀ ਤਾਂ ਸਾਰੀ ਵੀਡੀਓ ਵਾਚ ਕਰਨੀ ਤੇ ਵੱਧ ਤੋਂ ਸਦਸਨਾ ਔਰ ਤੁਸਾਂ ਕਮੈਂਟ ਕਰਕੇ ਦੱਸਣਾ ਵਾਕਿਆ ਹੀ ਚਸ ਆਈਏ ਤੇ ਲੇਕਿਨ ਇਹ ਹਕੀਕਤ ਵੀਡੀਓ ਏ ਇਹ ਜਿਹੜੇ ਬੰਦੇ ਜਨਾਬ ਉਹ ਬੋਰ ਕੀਤੇ ਨਾ ਤੇ ਬੋਰ ਮੋਟਰਸਾਈਕਲ ਦੇ ਉੱਤੇ ਚਲਾਇਆ ਉਹ ਸਾਡੇ ਗਵਾਹ ਅੜੇ ਅਗਰ ਤੁਸੀਂ ਕਮੈਂਟ ਕਰੇ ਸੋ ਤਾਂ ਮੈਂ ਜਨਾਬ ਉਹਦੇ ਨਾਲ ਤੁਹਾਨੂੰ ਇੱਕ ਵੀਡੀਓ ਬਣਾ ਕੇ ਤੁਹਾਨੂੰ ਉਹਦੇ ਨਾਲ ਗੱਲਬਾਤ ਵੀ ਕਰਾ ਦੇਸਾਂ ਉਸ ਨਾਲ ਵੀ ਬੈ ਕੇ ਵੀਡੀਓ ਬਣਸਾਂ ਕਿ ਉਹਨਾਂ ਦੇ ਜ਼ਿਹਨ ਚ ਕਿਸ ਕਿਥਰੀ ਕਾ ਆਇਆ ਕਿਸ ਤਰ੍ਹਾਂ ਆਇਆ ਕਿ ਇਹ ਵਾਕਿਆ ਗੱਲ ਸੱਚੀ ਅੱਗੇ ਅਸੀਂ ਇੱਕ ਵੀਡੀਓ ਵੇਖੀ ਆਈ ਮੋਟਰਸਾਈਕਲ ਤੇ ਬੋਰ ਚੱਲਦਾ ਪਾਣੀ ਕਢੈਂਦਿਆਂ ਤੇ ਅਸੀਂ ਕੋਈ ਨਾ ਹੀ ਮੰਨਿਆ ਲੇਕਿਨ ਇਹ ਭਾਈ ਇਹਨ ਸਾਡੇ ਜਿਨ੍ਹਾਂ ਇਹ ਵੀਡੀਓ ਬਣਾਈ ਏ ਜਨਾਬ ਬੋਰ ਦੇ ਉੱਤੇ ਮੋਟਰਸਾਈਕਲ ਲਾ ਕੇ ਪਾਣੀ ਕਢਾਇਆ ਨੇ ਇਹ ਵਾਕਈ ਸੱਚੀ ਗੱਲ ਏ ਕਿ 1 ਤੋਂ 5 ਦੇ ਉੱਤੇ ਇਹਨਾਂ ਜਨਾਬ ਉਹ ਪਾਣੀ ਕਢਾਇਆ ਤੇ ਇਹ ਸੱਚੀ ਗੱਲ ਏ ਔਰ ਪਾਣੀ ਵੀ ਚੰਗਾ ਜਿਹਾ ਨਿਕਲਿਆ ਇਹ ਨਹੀਂ ਬਈ ਥੋੜਾ ਬਾਲਾ ਨਲਕੇ আর ਪਾਣੀ ਨਾ ਤੁਸੀਂ ਇਹ ਵੀਡੀਓ ਵੇਖ ਸੋ ਨਾ ਉਮੀਦ ਹੈ ਮਜ਼ਾ ਆਸੀ ਤੇ ਅਗਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੁਰਾਣੇ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਕਰਕੇ ਕਮੈਂਟ ਕਰਕੇ ਸ਼ੇਅਰ ਕਰੋ ਤਾਂ ਕਿ ਦੂਸਰੇ ਦੋਸਤਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਤੇ ਇਹ ਤੁਸੀਂ ਹੁਣ ਵੀਡੀਓ ਵੇਖੋ ਤੇ ਵੀਡੀਓ ਇਨਸ਼ਾਅੱਲਾ ਮਜ਼ਾ ਆਉਸੀ ਤੁਹਾਨੂੰ